ਲਿਵਿੰਗ ਇੰਡੀਆ ਨਿਊਜ਼। ਅੱਗੇ ਵਧਾਂਗੇ, ਗੱਲ ਕਰਾਂਗੇ ਅੰਮ੍ਰਿਤਸਰ ਦੀ ਗੁਰੂ ਨਗਰੀ ਨੂੰ ਸਰਕਾਰ ਦੀ ਵੱਡੀ ਸੌਗਾਤ ਹੈ। ਅੰਮ੍ਰਿਤਸਰ ਦੇ ਵਿੱਚ IIM ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਨਾਲ ਹੀ ਮੰਗ ਕੀਤੀ ਜਾ ਰਹੀ ਸੀ ਕਿ ਇਸ ਪ੍ਰੋਜੈਕਟ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਜਾਏ। ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਕ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਨੀਂਹ ਪੱਥਰ ਰੱਖਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਨਾਂ ਰੱਖਣ ਦੀ ਅਪੀਲ ਕੀਤੀ ਗਈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਅਪੀਲ ਕੀਤੀ ਹੈ। ਵੱਡਾ ਪ੍ਰੋਜੈਕਟ, ਵੱਡੇ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ। ਕੇਂਦਰੀ ਮੰਤਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਇਸ ਮੌਕੇ 'ਤੇ ਨੀਂਹ ਪੱਥਰ ਰੱਖਿਆ। ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦਾ ਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ ਗਈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪੀਲ ਕੀਤੀ ਸੀ ਕਿਉਂਕਿ 550ਵਾਂ ਪ੍ਰਕਾਸ਼ ਪੁਰਬ, ਜਿਸ ਦੇ ਮੱਦੇਨਜ਼ਰ ਜਿਹੜੇ ਵੀ ਪ੍ਰੋਜੈਕਟ ਇਸ ਦੌਰਾਨ ਜਿਨ੍ਹਾਂ ਦਾ ਉਦਘਾਟਨ ਕੀਤਾ ਜਾ ਰਿਹਾ ਜਾਂ ਫਿਰ ਨੀਂਹ ਪੱਥਰ ਰੱਖਿਆ ਜਾ ਰਿਹਾ, ਉਹਨਾਂ ਦੇ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਦੀ ਵੱਖੋ ਵੱਖ ਥਾਂ ਸਾਹਮਣੇ ਆਈ ਹੈ ਖ਼ਬਰ। ਅਤੇ ਫਿਲਹਾਲ ਇਸ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਸ ਪ੍ਰੋਜੈਕਟ ਨੂੰ ਨੀਂਹ ਪੱਥਰ ਰੱਖ ਦਿੱਤਾ ਗਿਆ ਅਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ। ਮੈਂ ਸਵਰਗੀ ਸ਼੍ਰੀ ਅਰੁਣ ਜੇਟਲੀ ਜੀ, ਜਿਹੜੇ ਉਸ ਟਾਈਮ ਦੇ ਫਾਈਨਾਂਸ ਮਿਨਿਸਟਰ ਸੀਗੇ, ਉਹਨਾਂ ਵੱਲੋਂ IIM ਦਾ ਜਿਹੜਾ ਇਹ ਤੋਹਫ਼ਾ ਪੰਜਾਬ ਨੂੰ, ਖਾਸ ਕਰਕੇ ਅੰਮ੍ਰਿਤਸਰ ਨੂੰ ਦਿੱਤਾ ਗਿਆ, ਜਿਹਦੇ ਵਾਸਤੇ 900 ਕਰੋੜ ਰੁਪਇਆ ਵੀ ਉਹਨਾਂ ਨੇ ਰਿਲੀਜ਼ ਕਰ ਦਿੱਤਾ ਸੀ। ਮੈਂ ਉਹਨਾਂ ਦਾ ਕੋਟ ਐਂਡ ਕੋਟ ਜਿਹੜਾ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਵੀ ਭੇਟ ਕਰਦਾ, ਉਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਉਹ ਅੱਜ ਸਾਡੇ 'ਚ ਨਹੀਂ ਹੈ ਪਰ ਉਹਨਾਂ ਦੇ ਕੀਤੇ ਕੰਮ ਸਾਡੇ ਵਿੱਚ ਹੈ। ਇਹਦੇ ਤੋਂ ਇਲਾਵਾ ਗੁਰੂ ਨਗਰੀ ਨੂੰ ਉਹਨਾਂ ਨੇ ਸਮਾਰਟ ਸਿਟੀ ਵੀ ਘੋਸ਼ਿਤ ਕੀਤਾ ਅਤੇ ਹੈਰੀਟੇਜ ਸਿਟੀ ਵੀ ਘੋਸ਼ਿਤ ਕੀਤਾ। ਬਹੁਤ ਵੱਡੀ ਦੇਣ ਅਰੁਣ ਜੇਟਲੀ ਜੀ ਦੀ ਅੰਮ੍ਰਿਤਸਰ ਸਾਹਿਬ ਵਾਸਤੇ ਆ। ਬਾਕੀ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਕਿ ਪੰਜਾਬ ਦੇ ਵਿੱਚ ਐਡਾ ਪ੍ਰੈਸਟੀਜੀਅਸ ਇੰਸਟੀਚਿਊਟ। ਇਸ ਖਬਰ ਬਾਬਤ ਸਾਡੇ ਨਾਲ ਪੱਤਰਕਾਰ ਜੁੜੇ ਨੇ ਰਾਜੇਸ਼ ਗਿੱਲ ਅੰਮ੍ਰਿਤਸਰ ਤੋਂ। ਜੀ ਰਾਜੇਸ਼, ਕੀ ਕੁਝ ਕਹੋਗੇ, ਫਿਲਹਾਲ ਨੀਂਹ ਪੱਥਰ ਜਿਹੜਾ ਰੱਖ ਦਿੱਤਾ ਗਿਆ? ਦੇਖੋ, ਬੜੇ ਲੰਮੇ ਸਮੇਂ ਤੋਂ ਇਹ ਪ੍ਰੋਜੈਕਟ ਜਿਹੜਾ ਲਟਕਿਆ ਹੋਇਆ ਸੀ, ਹਾਲਾਂਕਿ ਇਸ ਪ੍ਰੋਜੈਕਟ ਬਾਰੇ ਜ਼ਮੀਨ ਜਿਹੜੀ ਹੈ ਬਹੁਤ ਸਮਾਂ ਪਹਿਲਾਂ ਲੈ ਲਈ ਗਈ ਸੀ ਔਰ ਇਸ ਦੇ ਵਾਸਤੇ ਬਕਾਇਦਾ ਤੌਰ ਤੇ 60 ਏਕੜ ਜ਼ਮੀਨ ਜਿਹੜੀ ਹੈ 75 ਕਰੋੜ ਰੁਪਏ ਦੇ ਕੇ ਇਹਦੇ ਵਿੱਚ 25 ਕਰੋੜ ਰੁਪਇਆ ਤੇ ਜਿਹੜਾ ਇੰਪਰੂਵਮੈਂਟ ਟਰੱਸਟ ਵੱਲੋਂ ਜਿਹੜਾ ਪਾਇਆ ਗਿਆ ਸੀਗਾ, 50 ਕਰੋੜ ਰੁਪਇਆ ਵੀ ਪੰਜਾਬ ਸਰਕਾਰ ਵੱਲੋਂ ਲੈ ਕੇ ਤੇ ਇਹ ਜ਼ਮੀਨ ਖਰੀਦੀ ਗਈ ਸੀ, ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਜ਼ਮੀਨ ਖਰੀਦਣੀ ਜ਼ਰੂਰੀ ਸੀ। ਬਾਕੀ ਸਾਰਾ ਪ੍ਰੋਜੈਕਟ ਜਿਹੜਾ ਸੈਂਟਰਲ ਗਵਰਨਮੈਂਟ ਦਾ ਸੀਗਾ ਤੇ ਉਸੇ ਦੇ ਮੱਦੇਨਜ਼ਰ ਪੂਰੀ ਜ਼ਮੀਨ ਖਰੀਦ ਕੇ ਹੁਣ ਉਸਦਾ ਵਿੱਚ ਕਈ ਅਜਿਹੀਆਂ ਕਈ ਰੁਕਾਵਟਾਂ ਪੈਂਦੀਆਂ ਗਈਆਂ, ਜਿਸ ਕਰਕੇ ਕਿ ਡਾਇਰੈਕਟਰ ਵੀ ਇਹਦਾ ਪਰਮਾਨੈਂਟ ਨਹੀਂ ਲਗਾਇਆ ਗਿਆ ਸੀ। ਹੁਣ ਡਾਇਰੈਕਟਰ ਇਸਦਾ ਪਰਮਾਨੈਂਟ ਲਗਾ ਦਿੱਤਾ ਗਿਆ ਹੈ ਤੇ ਹੁਣ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਅੱਜ ਜਿਹੜਾ ਇਹਦਾ ਭੂਮੀ ਪੂਜਨ ਕਰ ਲਿਆ ਗਿਆ ਹੈ, ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਤੇ 3 ਸਾਲ ਦਾ ਸਮਾਂ ਜਿਹੜਾ ਇਹ ਨਿਸ਼ਚਿਤ ਕੀਤਾ ਗਿਆ ਕਿ 3 ਸਾਲ ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਹੜਾ ਪ੍ਰੈਸਟੀਜੀਅਸ ਇੱਕ ਅੰਮ੍ਰਿਤਸਰ ਵਾਸਤੇ ਵੱਡੀ ਦੇਣ ਹੈ ਉਹ ਮੁਕੰਮਲ ਹੋ ਜਾਏਗਾ ਔਰ ਇਸ ਵਾਸਤੇ ਹਾਲਾਂਕਿ ਇਹ ਮੰਗ ਚੱਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾ ਰਿਹਾ ਸਾਡੇ 500 ਸਾਲਾ, ਉਸੇ ਦੇ ਮੱਦੇਨਜ਼ਰ ਇਸਦਾ ਨਾਮ ਹੀ ਜਿਹੜਾ ਵਾ ਉਹ ਗੁਰੂ ਨਾਨਕ ਦੇਵ ਜੀ ਇੰਸਟੀਚਿਊਟ ਆਫ ਮੈਨੇਜਮੈਂਟ ਜਿਹੜਾ ਰੱਖਿਆ ਜਾਵੇ। ਜ਼ਾਹਿਰ ਤੌਰ ਤੇ ਇਸ ਬਾਰੇ ਸੰਜੀਦਗੀ ਤਾਂ ਨਜ਼ਰ ਆ ਰਹੀ ਹੈ ਪਰ ਹਜੇ ਇਸ ਬਾਰੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਠੀਕ ਹੈ ਰਾਜੇਸ਼, ਵਾਕਈ ਵੱਡਾ ਸਵਾਲ ਇਹ ਵੀ ਹੈ ਕਿ ਸੰਜੀਦਗੀ ਨਜ਼ਰ ਆ ਰਹੀ ਹੈ ਕਿ ਰੱਖਿਆ ਜਾਏਗਾ ਨਾ ਜਾਂ ਨਹੀਂ। ਸੋ ਫਿਲਹਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ।